सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। कोरोना लॉकडाउन ले पंजाब सरकार वालों नवीं गाइडलाइंस जारी की गई ने। सरकार वालों नाइट कर्फ्यू का समा बदल दिया गया है। पंजाब रात 9:30 बजे तो सवेरे 5 बजे तक नाइट कर्फ्यू रहेगा। पहला शाम 6:30 बजे तक दुकाना खोलने की इजाजत सी, जिसका समा बदल के रात 9 बजे तक कर दिया गया है। हुन सारिया दुकाना रात 9 बजे तक खोलिया जा सकदिया ने। हुन वीकेंड कर्फ्यू भी सिर्फ एतवार ही होगा। हुन एतवार नूं सिर्फ गैर जरूरी समान दीआं दुकाना बंद रहनगियां। सारिया जरूरत दे समान दीआं दुकाना एतवार भी खुलिया रहनगियां। इस तों इलावा होटल अते रेस्टोरेंट भी हफ्ते दे 7 दिन खुलणगे। होटल ते रेस्टोरेंट खुलण दा समा रात 9 बजे तक कर दिता गया है। कई साडे मेरे कलीग्स अपने कलीग्स ਅੱਜ ਉਹਨਾਂ ਦੀ ਖਾਸ ਕਰਕੇ ਜੋ ਸ਼ਹਿਰ 'ਚ ਰਹਿੰਦੇ ਨੇ ਬਿਕੋਜ਼ ਯੂ ਨੋ ਟ੍ਰੇਡ ਇਜ਼ ਦੇਅਰ ਅਤੇ ਇੰਡਸਟਰੀ ਤਾਂ ਆਪਾਂ ਅਲਾਓ ਕਰਦੇ ਸੀ ਕਾਮਰਸ 'ਤੇ ਅਸੀਂ ਕੁਛ ਵੀ ਹੈਡ ਪੁੱਟ ਸਮ ਰਿਸਟ੍ਰਿਕਸ਼ਨਸ ਉਹ ਰਿਸਟ੍ਰਿਕਸ਼ਨਸ ਨੂੰ ਮੈਂ ਈਜ਼ ਕਰਨਾ ਚਾਹੁੰਦਾ ਬਿਕੋਜ਼ ਅਦਰਵਾਈਜ਼ ਕਮਰਸ਼ੀਅਲ ਐਕਟੀਵਿਟੀ ਸਾਡੀਆਂ ਪ੍ਰੋਬਲਮਸ ਆਪਾਂ ਨੂੰ ਆ ਜਾਣੀਆਂ ਨੇ। ਇੱਕ ਤਾਂ ਸੈਟਰਡੇ ਸੰਡੇ ਬੰਦ ਸੀ, ਅਸੀਂ ਹੁਣ ਸੰਡੇ ਨੂੰ ਬੰਦ ਰੱਖਾਂਗੇ। ਸੈਟਰਡੇ ਇਟ ਵਿਲ ਬੀ ਓਪਨ, ਮਾਰਕੀਟਸ ਖੁੱਲ੍ਹੀਆਂ ਰਹਿਣਗੀਆਂ। ਆਪਣੇ ਤੁਸੀਂ ਦੁਕਾਨਾਂ ਦੁਕਾਨਾਂ ਤੁਸੀਂ ਜੋ ਕਰਨਾ ਤੁਸੀਂ ਕਰੋ। ਦੂਸਰਾ ਵੀਕਡੇਜ਼ 'ਤੇ ਅਸੀਂ ਇਹਨੂੰ 6:30 ਤਾਈਂ ਅਸੀਂ ਕੀਤਾ ਸੀ, ਨਾਓ ਵੀ ਆਰ ਗੋਇੰਗ ਟੂ ਓਪਨ ਇਟ ਟਿਲ 9:00। ਇਹ ਅੱਜ ਸਾਰੇ ਅੰਮ੍ਰਿਤਸਰ, ਜਲੰਧਰ, ਲੁਧਿਆਣੇ ਤੋਂ ਵੀ ਰਿਪੋਰਟਸ ਆਈਆਂ ਨੇ, ਪੀਪਲ ਆਰ ਨੋਟ ਹੈਪੀ ਵਿਦ ਦਿਸ। ਐਂਡ ਵੀ ਆਰ ਆਲਸੋ ਗੋਇੰਗ ਟੂ ਅਲਾਓ ਹੋਮ ਡਿਲੀਵਰੀ ਇਨ ਅਰਬਨ ਏਰੀਆਜ਼ ਆਫਟਰ 9:00। ਕਿਸੇ ਨੇ ਆਪਣੇ ਘਰੇ ਕੁਝ ਬਣਾਉਣਾ ਹੋਵੇ ਉਹ ਮੰਗਵਾ ਸਕਦੇ ਨੇ, ਲੇਕਿਨ ਹੋਮ ਡਿਲੀਵਰ ਫੂਡ ਦੇ ਵਨ